केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜਲੰਧਰ ਦੇ ਰੇਲਵੇ ਸਟੇਸ਼ਨ ਦੇ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ GRP ਥਾਣੇ ਦੇ ਇੱਕ ASI ਰੇਲਵੇ ਸਟੇਸ਼ਨ ਦੇ ਨੇੜੇ ਆਪਣੀ ਗੱਡੀ 'ਤੇ ਜਾ ਰਿਹਾ ਸੀ ਤਾਂ ਕਿਸੇ ਨੇ ਉਸ ਨੂੰ ਕਿਹਾ ਕਿ ਉਸ ਦੀ ਗੱਡੀ ਵਿੱਚੋਂ ਤੇਲ ਲੀਕ ਹੋ ਰਿਹਾ ਹੈ। ਜਿਸ ਤੋਂ ਬਾਅਦ ਉਸ ਨੇ ਗੱਡੀ 'ਚੋਂ ਉਤਰ ਕੇ ਚੈੱਕ ਕੀਤਾ ਤਾਂ ਪਿੱਛੇ ਗੱਡੀ ਵਿੱਚ ਪਿਆ ਉਸ ਦਾ ਬੈਗ ਕੋਈ ਚੋਰੀ ਕਰਕੇ ਲੈ ਗਿਆ, ਜਿਸ ਵਿੱਚ ਉਸ ਦੀ ਸਰਕਾਰੀ ਰਿਵਾਲਵਰ ਅਤੇ ਜ਼ਿੰਦਾ ਰੌਂਦ ਮੌਜੂਦ ਸਨ ਅਤੇ ਕੁਛ ਸਰਕਾਰੀ ਦਸਤਾਵੇਜ਼ ਵੀ ਸੀ। ਮੌਕੇ 'ਤੇ ਸੰਬੰਧਿਤ ਥਾਣੇ ਦੀ ਪੁਲਿਸ ਪਹੁੰਚ ਚੁੱਕੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ, ਪਰ ਜਿਸ ਤਰੀਕੇ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਇਹੀ ਲੱਗਦਾ ਹੈ ਕਿ ਇਹ ਕਿਸੇ ਸ਼ਾਤਰ ਠੱਗ ਜਾਂ ਗੈਂਗ ਦੀ ਸਾਜ਼ਿਸ਼ ਦਾ ਹਿੱਸਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸੋਮਾ ਹੰਸ ਦੀ ਰਿਪੋਰਟ। ਹਾਂਜੀ ਸਰ, ਕੀ ਮਾਮਲਾ ਸੀ? ਸਾਨੂੰ ਕੰਪਲੇਂਟ ਮਿਲੀ GRP ਲੁਧਿਆਣੇ ਲੱਗਿਆ ਕਸ਼ਮੀਰ 'ਚ, ਉਹ ਇੱਧਰੋਂ ਜਾ ਰਿਹਾ ਸੀ ਸਟੇਸ਼ਨ ਵਾਲੇ ਪਾਸਿਓਂ, ਦਮੋਰੀਆਵਾਲ ਵਾਲੇ ਪਾਸਿਓਂ, ਅਤੇ ਉਹਨੇ ਦੱਸਿਆ ਕਿ ਕੋਈ ਬੱਚਾ ਮੈਨੂੰ ਕਹਿੰਦਾ ਤੇਰੀ ਗੱਡੀ ਕੋਈ ਤੇਲ 'ਚ ਆਉਂਦਾ। ਉੱਤਰ ਕੇ ਦੇਖਣ ਲੱਗਿਆ ਤਾਂ ਉਹਦਾ ਬੈਗ ਕੋਈ ਚੋਰੀ ਕਰਕੇ ਲੈ ਗਿਆ ਗੱਡੀ 'ਚੋਂ, ਅਤੇ ਜਿਹਦੇ ਵਿੱਚ ਉਹਦਾ ਸਰਕਾਰੀ ਰਿਵਾਲਵਰ ਸੀ। ਮੌਕੇ 'ਤੇ ਆਏ ਆ, ਦੇਖ ਰਹੇ ਹਾਂ ਅਤੇ ਬਿਆਨ ਲੈ ਕੇ ਜੋ ਵੀ ਬਣੀ ਕਾਰਵਾਈ ਕਰ ਰਹੇ। ਸਰ ਪਤਾ ਲੱਗਾ ਉਹ ਰਿਵਾਲਵਰ ਕਿਹਨਾਂ ਨੇ ਗ੍ਰਿਫਤਾਰ ਲੈ ਕੇ ਗਏ ਅਤੇ ਕੌਣ ਸੀਗੇ ਮੁੰਡੇ? ਅਜੇ ਨਹੀਂ ਪਤਾ ਲੱਗਾ ਕਿੰਨੇ ਜਣੇ ਸੀ। ਸਿਰਫ ਇੱਕ ਹੋਲੀਆ ਪਤਾ ਲੱਗਾ, ਉਹਦਾ ਗ੍ਰੇ ਕਲਰ ਦਾ ਸਵੈਟਰ ਪਾਇਆ ਸੀ, 11-12 ਸਾਲ ਦਾ ਮੁੰਡਾ ਸੀਗਾ। ਅਤੇ ਸਰ ਸਰਵਿਸ ਰਿਵਾਲਵਰ ਦੇ ਨਾਲ ਕਿੰਨੇ ਰਾਊਂਡ ਸੀਗੇ? ਉਹਦੇ ਦੱਸਣ ਅਨੁਸਾਰ 12 ਸੀਗੇ ਜੀ, ਬਾਕੀ ਉਹਨੂੰ ਕਲੀਅਰ ਕਰ ਰਹੇ ਹਾਂ। ਅਤੇ ਸਰ ਇਹਦੀ ਕੋਈ CCTV ਫੁਟੇਜ ਵਗੈਰਾ ਤੁਸੀਂ ਕੋਈ ਚੈੱਕ ਕਰ? ਠੀਕ ਹੈ ਸਰ। ਸਰ ਮਾਮਲਾ ਕੀ ਹੈ ਜੀ? ਮਾਮਲਾ ਜਦੋਂ ਮੈਂ ਰੇਲਵੇ ਸਟੇਸ਼ਨ ਤੋਂ ਗੱਡੀ ਕਰ ਰਿਹਾ ਸੀ, ਡਿਊਟੀ ਕਰਕੇ ਆ ਰਿਹਾ ਸੀ, ਅਤੇ ਜਦੋਂ ਰੇਲਵੇ ਸਟੇਸ਼ਨ ਗੱਡੀ ਕਰ ਗਿਆ, ਇੱਕ ਆਦਮੀ ਨੇ ਕਿਹਾ ਵੀ ਤੁਹਾਡਾ ਖੁੱਲ੍ਹ ਨਹੀਂ ਹੁੰਦਾ। ਮੈਂ ਅੱਗੇ ਖਾਲੀ ਜਗ੍ਹਾ 'ਤੇ ਲਿਆੜ ਕੇ ਰਾਸ਼ ਤੋਂ ਗੱਡੀ ਜਿਹੜੀ ਆ ਲਾਈ ਹੈ ਸਾਈਡ 'ਤੇ, ਅਤੇ ਉਹਦਾ ਬੋਨਟ ਖੋਲ੍ਹ ਕੇ ਦੇਖਿਆ ਵਾ, ਅਤੇ ਉਹ ਜਿਹੜਾ ਤੇਲ ਵਿੱਚੋਂ ਬਾਹਰ ਨਿਕਲ ਰਿਹਾ ਸੀ, ਉਹ ਜਦੋਂ ਮੈਂ ਅਖਬਾਰ ਕੱਢ ਕੇ ਦੇਖਿਆ ਮੇਰਾ ਬੈਗ ਵਿੱਚ ਪਿਆ, ਅਤੇ ਜਦੋਂ ਮੈਂ ਫਿਰ ਦੁਬਾਰਾ ਦੂਜੀ ਅਖਬਾਰ ਲੈਣਾ ਵਿੱਚ ਬੈਗ ਮੇਰਾ। ਸਰ ਕਿੰਨੇ ਕੁ ਬੰਦੇ ਸੀਗੇ ਜੀ? ਕਾਤੇ ਸੀਗੇ ਜੀ? ਤੁਹਾਡਾ ਬੱਚਾ ਆਟੋ ਵਾਲੇ ਨੇ ਦੇਖਿਆ ਵੀ ਤੁਹਾਡਾ ਬੱਚਾ ਸੀ ਇੱਕ, ਅਤੇ ਜਿਹੜਾ ਜਿਹਨੇ ਦੱਸਿਆ ਸੀ ਉਹ ਮੁੰਡਾ ਸੀ ਔਰ ਗੱਲ ਪਰਨਾ ਤੇ ਐਕਟਿਵਾ ਦੇ ਕੀਤੀ। ਸਰ ਕੀ ਨਾਮ ਆ ਤੁਹਾਡਾ? ਕਿੱਥੇ ਡਿਊਟੀ ਕਰਦੇ ਸਰ ਤੁਸੀਂ? ਲੁਧਿਆਣਾ। ਅਤੇ ਸਰ ਰਿਵਾਲਵਰ ਜਿਹੜਾ ਸੀਗਾ ਲਾਇਸੈਂਸੀ ਸੀਗਾ ਜਾਂ ਤੁਹਾਡਾ ਸਰਕਾਰੀ ਸੀਗਾ? ਸਰਕਾਰੀ। ਅਤੇ ਸਰ ਕਿੰਨੇ ਰਾਊਂਡ ਸੀਗੇ ਉਹਦੇ ਨਾਲ? 12 ਰਾਊਂਡ। ਇੱਕ ਮਿੰਟ ਤੁਸੀਂ ਤਾਂ ਹੀ ਕਹਿ ਰਹੇ ਇੱਥੇ ਖੜੇ ਹੋ ਕੇ ਇਨਵੈਸਟੀਗੇਸ਼ਨ ਕਰੋ, ਚੈੱਕ ਕਰੋ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।